ਪ੍ਰੋਬੰਜਾਰ ਟੀਵੀ ਦਾ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ 사ਚਨ ਥਾਪਨ ਨੂੰ ਅੱਜ ਇੰਡੀਆ ਲਿਆਂਦਾ ਜਾਏਗਾ ਜੀ ਹਾਂ ਦੱਸਦੇ ਕਿ ਅੱਜ ਦਿੱਲੀ ਦੇ ਸਪੈਸ਼ਲ ਸੈੱਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਅਜ਼ਰਬਾਈਜਾਨ ਦੇ ਵਿੱਚ ਜੋ ਰਹਿ ਰਿਹਾ ਸੀ ਫੇਕ ਪਾਸਪੋਰਟ ਬਣਾ ਕੇ 사ਚਨ ਥਾਪਨ ਜਿਹੜਾ ਲੌਰੈਂਸ ਬਿਸ਼ਨੋਈ ਦਾ ਭਾਨਾ ਜੋ ਔਰ ਦੱਸਦੀ ਹੈ ਕਿ 사ਚਨ ਥਾਪਨ ਪਿਛਲੇ ਸਮੇਂ ਤੋਂ ਜੋ ਸਿੱਧੂ ਮੂਸੇਵਾਲਾ ਦਾ ਕਾਤਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਅਜ਼ਰਬਾਈਜਾਨ ਦੇ ਵਿੱਚ ਲੈ ਜਾਂਦਾ ਔਰ ਫੇਕ ਪਾਸਪੋਰਟ ਬਣਾ ਕੇ ਉੱਤੇ ਰਹਿ ਰਿਹਾ ਸੀ ਤੇ ਹ ਰਵਾਲੀ ਗਈ ਔਰ ਭਾਰਤੀ ਟੀਮਾਂ ਦੱਸ ਦੇ ਕਿ ਕੱਲ ਦਿੱਲੀ ਦਾ ਸਪੈਸ਼ਲ ਸੈੱਲ ਜਿਹੜਾ ਸਾਰੇ ਪਹੁੰਚੇ ਹੋਏ ਸੀ ਅਜ਼ਰਬਾਈਜਾਨ ਔਰ ਅੱਜ ਕਿਹਾ ਜਾ ਰਿਹਾ ਹੈ ਕਿ 1 ਵਜੇ ਜੀਹਾਂ ਦਾ ਦੇ ਕੇ 1 ਵਜੇ ਦੇ ਕਰੀਬ ਭਾਰਤ ਲਿਆਂਦਾ ਜਾਵੇਗਾ ਅਜ਼ਰਬਾਈਜਾਨ ਤੋਂ ਸਿੱਧੂ ਮੂਸੇਵਾਲਾ ਦਾ ਕਾਤਲ ਸਾਚਨ ਥਾਪਨ ਦਾ ਦੇ ਕੇ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਕਤਲकांड ਦੇ ਵਿੱਚ 사ਚਨ <th>ਥਾਪਨ ਦਾ ਨਾਮ ਦਰਜਾ ਔਰ ਚਾਰ ਸ਼ੀਟ ਦੇ ਵਿੱਚ 사ਚਨ <th>ਥਾਪਨ ਦਾ ਵੀ ਨਾਮ ਆਉਂਦਾ 사ਚਨ <th>ਥਾਪਨ ਦੀ ਜੇ ਗੱਲ ਕਰੀਏ ਤਾਂ 사ਚਨ <th>ਥਾਪਨ ਜਿਹੜਾ ਲਾਰੈਂਸ ਬਿਸ਼ਨੋਈ ਦਾ ਭਾਣ ਜਾ ਲਾਰੈਂਸ ਬਿਸ਼ਨੋਈ ਦਾ ਭਾਣ ਜਾ ਔਰ ਤਸਵੀਰਾਂ ਤੋਂ ਦਿਖਾਵਾਂਗੇ 사ਚਨ <th>ਥਾਪਨ ਦੀਆਂ 사ਚਨ <th>ਥਾਪਨ ਦੀਆਂ ਤਸਵੀਰਾਂ ਦਿਖਾਵਾਂਗੇ ਜਿਹੜੀਆਂ ਨਵੀਆਂ ਤਸਵੀਰਾਂ ਨਿਕਲ ਕੇ ਆ ਰਹੀਆਂ ਜਦੋਂ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਤਾਂ ਦੱਸਦੇ ਕਿ ਗ੍ਰਿਫਤਾਰ ਕਰ ਲਿਆ ਗਿਆ ਅਜਰ ਬਾਈਜਾਨ ਤੋਂ 사ਚਨ <th>ਥਾਪਨ ਨੂੰ ਹੁਣ ਦੱਸਦੇ ਕਿ ਸਿੱਧੂ ਮੂਸੇਵਾਲਾ ਕਤਲकांड ਨਾਲ ਜੁੜੀ ਵਾਲਾ ਦਾ ਕਾਤਲ ਸਚਨ ਥਾਪਣ ਜੋ ਕਿ ਚਾਰ ਸ਼ੀਟ ਦੇ ਵਿੱਚ ਵੀ ਦਰਜ ਆ ਔਰ ਉਸ ਤੋਂ ਬਾਅਦ ਜਿਹੜਾ ਅhmad azerbaijan ਤੋਂ ਐਕਸਟਰੈਡਿਟ ਕਰਵਾ ਕੇ ਦਿੱਲੀ ਦੇ ਸਪੈਸ਼ਲ ਸੈਲ ਦੇ ਵੱਲੋਂ ਟੀਮਾਂ ਗਈਆਂ ਸੀ ਦੱਸਦੇ ਕਿ ਦਿੱਲੀ ਪੁਲਿਸ ਔਰ ਦਿੱਲੀਅ ਸਪੈਸ਼ਲ ਸੈਲ ਜਿਹੜਾ ਪਿਛਲੇ ਕਈ ਦਿਨਾਂ ਤੋਂ ਇਸ ਦੇ ਉੱਪਰ ਕਾਰਵਾਈ ਕਰ ਰਿਹਾ ਸੀ ਉਹ ਲਗਾਤਾਰ ਜਿਹੜਾ ਕਲੂ ਮਿਲ ਰੇ ਸੀ ਉਹ ਜਦੋਂ ਪਹਿਲਾ ਅਦਾਜ਼ਰਬਾਈਜਾਨ ਦੇ ਨਾਲ ਕਿ ਅਜ਼ਰਬਾਈਜਾਨ ਦੇ ਵਿੱਚ ਰਹਿ ਰਿਹਾ ਔਰ ਉਸ ਤੋਂ ਬਾਅਦ ਉੱਥੋਂ ਦੇ ਜਿਹੜਾ ਪੁਲਿਸ ਨਾਲ ਸੰਪਰਕ ਕੀਤਾ ਇਹਦਾ ਔਰ ਉਸ ਤੋਂ ਬਾਅਦ ਐਕਸਟਰੈਡਿਸ਼ਨ ਦੀਆਂ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਸ਼ੁਰੂ ਹੁੰਦੀਆਂ ਤੇ ਐਕਸਟਰੈਡਿਟ ਕਰਵਾ ਲਿਆ ਸਚਨ ਥਾਪਨ ਦਾ ਦੱਸ ਦੇ ਕਿ ਅਜ਼ਰਬਾਈਜਾਨ ਤੋਂ ਸਚਨ ਥਾਪਨ ਜਿਹੜਾ ਫੇਕ ਪਾਸਪੋਰਟ ਲੈ ਕੇ ਉੱਤੇ ਰਹਿ ਰਿਹਾ ਸੀ ਔਰ ਉੱਤੇ ਚਲਾ ਜਾਂਦਾ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਦੱਸ ਦੇ ਕਿ ਲਾਰੈਂਸ ਬਿਸ਼ਨੋਈ ਦਾ ਭਾਣ ਜ ਸਚਨ ਥਾਪਨ ਤੇ ਸਚਨ ਥਾਪਨ ਨੂੰ ਹੁਣ ਅੱਜ ਭਾਰਤ ਲਿਆਂਦਾ ਜਾਵੇਗਾ ਅੱਜ 1 ਵਜੇ ਦੇ ਕਰੀਬ ਸਚਨ ਥਾਪਨ ਜਿਹੜਾ ਪਹੁੰਚ ਜਾਵੇਗਾ ਭਾਰਤ ਤਾਂ ਇੰਸਟਰਾਡਾਈਟ ਕਰਵਾ ਲਿਆ ਗਿਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਵੱਡੀ ਅਪਡੇਟ ਕਹਿ ਸਕਦੇ ਆ ਕਿ ਸਚਨ ਥਾਪਨ ਜਿਹੜਾ ਹੁਣ ਅੱਜ ਭਾਰਤ ਆਵੇਗਾ ਦਾ ਦੱਸਦੀ ਹੈ ਕਿ 1 ਵਜੇ ਦੇ ਕਰੀਬ ਜੀ ਆ ਦੱਸ ਦੇ ਕਿ 1 ਵਜੇ ਦੇ ਕਰੀਬ ਕਿਹਾ ਜਾ ਰਿਹਾ ਹੈ ਕਿ ਸਚਨ ਥਾਪਨ ਅੱਜ ਭਾਰਤ ਆ ਜਾਏਗਾ ਤਾਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਸਚਨ ਥਾਪਨ ਦੀਆਂ ਤਸਵੀਰਾਂ ਜਦੋਂ ਸਚਨ ਥਾਪਨ ਸਿੱਧੂ ਮੂਸੇਵਾਲੇ ਦਾ ਕੇਸ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਵਕੂ ਬਕਰੇ ਜੇ ਗੱਲ ਕਰੀ ਤਾਂ 골ਡੀ ਬਰਾੜ ਕਿਹਾ ਜਾਂਦਾ ਕਿ ਕੈਨੇਡਾ ਜਾਂ ਅਮਰੀਕਾ ਉਸ ਦੇ ਉੱਪਰ ਵੀ ਜਿਹੜਾ ਲਗਾਤਾਰ ਐਕਸਟਰੈਡਿਟ ਕਰਵਾਉਣ ਦੀਆਂ ਖਬਰਾਂ ਚੱਲ ਰਹੀਆਂ ਕਿ ਆਖਰਕਾਰ ਕਦੋਂ ਐਕਸਟਰੈਡਿਟ ਕਰਵਾ ਕੇ ਉਸ ਨੂੰ ਮਿਲਾਂਦਾ ਜਾਵੇਗਾ ਪਰ ਦੱਸ ਦੇ ਕੇ ਹੁਣ ਜਿਹੜਾ ਸਚਨ ਥਾਪਨ ਜਿਹੜਾ ਦੁਪਹਿਰ ਨੂੰ ਅੱਜ ਭਾਰਤ ਆ ਜਾਏਗਾ ਅੱਜ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ ਕਹਿ ਸਕਦੇ ਕਤਲकांड ਨਾਲ ਜੁੜੀ ਵੱਡੀ ਖਬਰ ਦੇ ਰਹੇ ਹਾਂ 사ਚਿਨ ਥਾਪਨ ਅੱਜ ਜਿਹੜਾ ਦੁਪਹਿਰ 1 ਵਜੇ ਦੇ ਕਰੀਬ ਦਿੱਲੀ ਲਿਆਂਦਾ ਜਾਏਗਾ ਔਰ ਦਿੱਲੀ ਦੇ ਸਪੈਸ਼ਲ ਸੈਲ ਦੇ ਵੱਲੋਂ ਜਿਹੜਾ ਜਾਣਕਾਰੀ ਦਿੱਤੀ ਗਈ ਔਰ ਨਾਲ ਹੀ ਦੱਸਦੀ ਕਿ ਥੋੜੇ ਦਿਨ ਪਹਿਲਾਂ ਜਿਹੜਾ ਲਗਾਤਾਰ ਚਰਚਾਾਂ ਚੱਲ ਰਹੀਆਂ ਸੀ ਕਿ 사ਚਿਨ ਥਾਪਨ ਨੂੰ ਐਕਸਟਰਡਟ ਕਰਵਾਉਣਾ ਔਰ ਥੋੜੇ ਦਿਨ ਪਹਿਲਾਂ ਪਰਸੋਂ ਜਿਹੜਾ ਹੈ ਪਰਸੋਂ ਦੁਪਹਿਰੇ ਦਿੱਲੀ ਪੁਲਿਸ ਦੀਆਂ ਕੁਝ ਟੀਮਾਂ ਜਿਹੜੀਆਂ ਨੇ ਅਜ਼ਰਬਾਈਜਾਨ ਪਹੁੰਚਦੀਆਂ ਔਰ ਅਜ਼ਰਬਾਈਜਾਨ ਪਹੁੰਚ ਕੇ ਉੱਥੋਂ ਦੇ ਉਤੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੀ ਹੈ ਉਤੋਂ ਦੀ ਪੁਲਿਸ ਨਾਲ ਟਾਈਅਪ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ 에어ਪੋਰਟ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਸਚਿੰਤਾ ਭੰਤਾ ਦੱਸਦੇ ਕਿ ਹੁਣ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਹੋਰ ਮੁਲਜ਼ਮ ਜਿਹੜਾ ਉਸ ਦੀ ਵੀ ਗ੍ਰਿਫਤਾਰੀ ਹੋ ਗਈ ਹੈ ਔਰ ਉਸ ਨੂੰ ਵੀ ਭਾਰਤ ਲਿਆਂਦਾ ਜਾਏਗਾ ਜਿਸ ਦਾ ਨਾਮ ਹੈ ਸਚਿੰਤਾ ਭੰਤਾ ਦੱਸਦੇ ਕਿ ਹੋਰ ਜਿਹੜਾ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਰਹਿ ਗਏ ਨੇ ਉਹਨਾਂ ਦੇ ਵਿੱਚ ਗੋਲਡੀ ਬਰਾੜ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਗੋਲਡੀ ਬਰਾੜ ਬਾਰੇ ਵੀ ਲਗਾਤਾਰ ਚਰਚਾਾਂ ਚੱਲਦੀਆਂ ਸੀ ਕਿ ਉਹ ਹੈ ਤਾਂ ਕੁਝ ਵੀ ਗੋਲਡੀ ਬਰਾੜ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਕਿੱਥੇ ਆ ਕਿੱਥੇ ਰਹਿ ਰਿਹਾ ਪਰ ਦੱਸ ਜੀ ਕਿ 사ਚਨ ਥਾਪਨ ਹੁਣ 사ਚਨ ਥਾਪਨ ਦੇ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇ ਰਿਹਾ 사ਚਨ ਥਾਪਨ ਜਿਹੜਾ ਅੱਜ ਦੁਪਹਿਰ 1 ਵਜੇ ਲਿਆਂਦਾ ਜਾਏਗਾ ਅਜ਼ਰਬਾਈਜਾਨ ਤੋਂ ਅਜ਼ਰਬਾਈਜਾਨ ਤੋਂ ਤੁਹਾਨੂੰ ਯਾਦ ਹੋਊਗਾ ਕਿ ਕਿਹੜੇ ਕਿਹੜੇ ਜਿਹੜੇ ਐ ਗੈਂਗਸਟਰਾਂ ਦੀ ਗ੍ਰਿਫਤਾਰੀਆਂ ਹੋਈਆਂ ਸੀਦਾ ਤੁਹਾਨੂੰ ਯਾਦ ਹੋਊਗਾ ਜਦੋਂ ਜਿਹੜਾ ਸੁਖਪ੍ਰ ਜਿਹੜਾ ਜੇ ਗੱਲ ਕਰੀਏ ਤਾਂ 사ਚਨ ਥਾਪਨ ਜਿਹੜਾ ਹੁਣ ਉਸ ਨੂੰ ਵੀ ਅੱਜ ਲਿਆਂਦਾ ਜਾਏਗਾ ਭਾਰਤ ਭਾਰਤ ਦੇ ਵਿੱਚ ਲਿਆਂਦਾ ਜਾਏਗਾ ਅਜ਼ਰਬਾਈਜਾਨ ਤੋਂ ਗ੍ਰਿਫਤਾਰੀ ਹੋਈ ਹੈ ਕਿਉਂਕਿ ਐਕਸਟਰੈਡਿਟ ਕਰਵਾ ਲਿਆ ਗਿਆ ਔਰ ਐਕਸਟਰੈਡੀਸ਼ਨ ਹੋਣ ਤੋਂ ਬਾਅਦ ਇਹਦਾ ਸਾਰੀ ਕਾਗਜ਼ੀ ਕਾਰਵਾਈ ਜਿਹੜੀ ਸੀ ਉਹ ਵੀ ਮੁਕੰਮਲ ਹੋ ਗਈ ਹੈ ਤੇ ਹੁਣ ਜਿਹੜਾ ਸਚਨ ਥਾਪਨ ਅੱਜ ਭਾਰਤ ਪਹੁੰਚ ਜਾਵੇਗਾ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਸ਼ਾਮਲ ਹੈ ਸਚਨ ਥਾਪਨ ਔਰ ਨਾਲ ਹੀ ਦੇਖ ਸਕਦੇ ਹੋ ਨਵੀਂ ਤਸਵੀਰ ਸਚਨ ਥਾਪਨ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਤਸਵੀਰ ਹੈ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸਚਨ ਥਾਪਨ ਨੂੰ ਜੀ ਆਂ ਦਾਦੇ ਕਿ ਦਿੱਲੀ ਪੁਲਿਸ ਦੀਆਂ ਪਰਸੋਂ ਦਿੱਲੀ ਪੁਲਿਸ ਦੀਆਂ ਕੁਝ ਟੀਮਾਂ ਜਿਹੜੀਆਂ ਉਹ ਜਾਂਦੀਆਂ ਨੇ ਅਜ਼ਰਬਾਈਜਾਨ ਅਜ਼ਰਬਾਈਜਾਨ ਦੇ ਵਿੱਚ ਜਾ ਕੇ ਸਾਰਾ ਜਿਹੜਾ ਡਾਕੂਮੈਂਟੇਸ਼ਨ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਜਿਹੜਾ ਅਜ਼ਰਬਾਈਜਾਨ ਦਾ ਪ੍ਰਸ਼ਾਸਨ ਜਿਹੜਾ ਅਜ਼ਰਬਾਈਜਾਨ ਦੀ ਪੁਲਿਸ ਜਿਹੜੀ ਹੈ ਸਚਨ ਥਾਪਨ ਨੂੰ ਭਾਰਤੀ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਤੇ ਹੁਣ ਸਚਨ ਥਾਪਣ ਨੂੰ ਲਿਆਂਦਾ ਜਾਏਗਾ ਅੱਜ ਜਿਹੜਾ ਕਿਹਾ ਜਾ ਰਿਹਾ ਹੈ ਕਿ 1 ਵਜੇ ਦੇ ਕਰੀਬ ਜੀਆਂ ਦਾਦੇ ਕੇ ਦੁਪਹਿਰ 1 ਵਜੇ ਦੇ ਕਰੀਬ ਸਚਨ ਥਾਪਣ ਭਾਰਤ ਪਹੁੰਚ ਜਾਵੇਗਾ ਲਗਾਤਾਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜਿਹੜੇ ਵੀ આરોપી ਫਰਾਰ ਨੇ ਹਲੇ ਉਹਨਾਂ ਨੂੰ ਲੱਭਣ ਦੇ ਵਿੱਚ ਪੁਲਿਸ ਜਿਹੜਾ ਕਾਰਵਾਈਆਂ ਕਰ ਰਹੀ ਆ ਲਗਾਤਾਰ ਗੋਲਡੀ ਬਰਾੜ ਨੂੰ ਲੈ ਕੇ ਚਰਚਾਵਾ ਚੱਲਦੀਆਂ ਨੇ ਕਿ ਗੋਲਡੀ ਬਰਾੜ ਨੂੰ ਵੀ ਲਿਆਂਦਾ ਜਾਏਗਾ ਪਰ ਦਾਦੇ ਕੇ ਅਜ਼ਰਬਾਈਜਾਨ ਤੋਂ ਸਚਨ ਥਾਪਣ ਜਿਹੜਾ ਹੁਣ ਲਿਆਂਦਾ ਜਾ ਰਿਹਾ ਕਿਉਂਕਿ ਅਜ਼ਰਬਾਈਜਾਨ ਦੇ ਨਾਲ ਜਿਹੜੀਆਂ ਸਾਧੀਆਂ ਭਾਰਤ ਦੀਆਂ ਜਿਹੜੀਆਂ ਸੰਧੀਆਂ ਨੇ ਜਿਹੜੀਆਂ ਐਕਸਟਰਾ ਡਾਈਟ ਕਰਵਾਉਂਦੀਆਂ ਸੰਧੀਆਂ ਨੇ ਉਹ ਇੱਕ ਨਾਜ਼ੁਕ ਉਹ ਬੜੀਆਂ ਜਿਹੜੀਆਂ ਕਹਿ ਸਕਦੇ ਆ ਕਿ ਸਰਲ ਨੇ ਉੱਥੋਂ ਜਿਹੜਾ ਆਰਾਮ ਦੇ ਨਾਲ ਅਜ਼ਰਬਾਈਜਾਨ ਤੋਂ ਲੈ ਕੇ ਆ ਸਕਦਾ ਕਿਉਂਕਿ ਅਜ਼ਰਬਾਈਜਾਨ ਜਾਣ ਨੂੰ ਵੀ ਜਿਹੜਾ ਕੋਈ ਖਾਸ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਪੈਂਦੀ ਭਰਦਾ ਦੱਸ ਦੇ ਕਿ ਹੁਣ 사ਚਨ ਥਾਪਨ ਨੂੰ ਜਿਹੜਾ ਅੱਜ ਦੁਪਹਿਰ 1 ਵਜੇ ਦੇ ਕਰੀਬ ਦਿੱਲੀ ਲਿਆਂਦਾ ਜਾਏਗਾ ਦਿੱਲੀ 에어ਪੋਰਟ ਪਹੁੰਚ ਜਾਏਗਾ ਹੁਣ 사ਚਨ ਥਾਪਨ ਦਿੱਲੀ ਪੁਲਿਸ ਦੇ ਹਵਾਲੇ ਹੈ ਔਰ ਦਿੱਲੀ ਪੁਲਿਸ ਦੇ ਕੋਲ ਹੈ ਤਾਂ ਦੱਸ ਦੇ ਕਿ 사ਚਨ ਥਾਪਨ ਜੋ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਉਸ ਦੀ ਭੂਮਿਕਾ ਉਸ ਦੇ ਉੱਪਰ ਵੀ ਚਾਰਸ਼ੀਟ ਦੇ ਵਿੱਚ ਨਾਮ ਦਰਜਾ ਤੇ ਅੱਜ ਜਿਹੜਾ ਇਹ ਭਾਰਤ ਪਹੁੰਚ ਜਾਵੇਗਾ ਹੋਵੇਗਾ ਅਜਰ